ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਬਣਾਵਾਂਗੇ ਜੀ ਬੇਸਣ ਦੀ ਭੁਰਜੀ। ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ। ਆਪਾਂ ਗੈਸ ਔਨ ਕਰ ਲਿਆ। ਪਹਿਲਾਂ ਆਪਾਂ ਅੱਧੀ ਕੌਲੀ ਲੈ ਲਈ ਆਪਾਂ ਨੇ ਬੇਸਣ ਦੀ, ਉਹਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ। ਇੱਦਾਂ ਆਪਾਂ ਨੂੰ ਥੋੜ੍ਹਾ ਜਿਹਾ ਭੁੰਨਣਾ ਵਾ ਤਾਂ ਜੋ ਆਪਣਾ ਕੱਚਾ ਨਾ ਰਹੇ। ਹਾਂਜੀ, ਬਸ ਆਪਣਾ ਥੋੜ੍ਹਾ ਹੋਰ ਸੇਕ ਲਵਾਵਾਂਗੇ। ਇੱਕ ਸਾਈਡ ਤੇ ਆਪਾਂ ਲਿਆ ਪਿਆਜ਼। ਪਿਆਜ਼ ਆਪਾਂ ਨੇ ਥੋੜ੍ਹਾ ਚੌਪ ਕੀਤਾ ਵਾ, ਜ਼ਿਆਦਾ ਮੋਟਾ ਨਹੀਂ ਕੱਟਣਾ। ਅਤੇ ਨਾਲ ਆਪਾਂ ਨੇ ਸ਼ਿਮਲਾ ਮਿਰਚ ਅਤੇ ਥੋੜ੍ਹਾ ਜਿਹਾ ਦੋ ਟਮਾਟਰ ਲਿਆ, ਇਹਨਾਂ ਨੂੰ ਵੀ ਆਪਾਂ ਚੌਪ ਕਰਕੇ ਰੱਖ ਲਿਆ। ਪਹਿਲਾਂ ਆਪਾਂ ਬੇਸਣ ਭੁੰਨ ਲਈਏ, ਉਸ ਤੋਂ ਬਾਅਦ 'ਚ ਆਪਾਂ ਇਹਨੂੰ ਤੜਕਾ ਲਗਾਵਾਂਗੇ। ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ, ਨਾਲੇ ਬਹੁਤ ਛੇਤੀ ਬਣ ਜਾਂਦੀ ਹੈ, ਬਹੁਤ ਸਵਾਦ ਬਣਦੀ ਹੈ। ਹਾਂਜੀ, ਹੁਣ ਆਪਣਾ ਬੇਸਣ ਭੁੱਜ ਗਿਆ ਵਾ, ਹੁਣ ਆਪਾਂ ਇਹਨੂੰ ਕੱਢ ਲਾਂਗੇ ਭਾਂਡੇ 'ਚ। ਹਾਂਜੀ, ਹੁਣ ਆਪਾਂ ਬੇਸਣ ਨੂੰ ਕੱਢ ਲੈਣਾ। ਹਾਂਜੀ, ਹੁਣ ਆਪਾਂ ਪਾਵਾਂਗੇ ਥੋੜ੍ਹਾ ਜਿਹਾ ਘਿਓ। ਹੁਣ ਆਪਾਂ ਲਾਵਾਂਗੇ ਤੜਕਾ। ਥੋੜ੍ਹਾ ਜਿਹਾ ਪਾਵਾਂਗੇ ਆਪਾਂ ਜੀਰਾ। ਘਿਓ ਆਪਣਾ ਗਰਮ ਹੋ ਗਿਆ, ਹੁਣ ਆਪਾਂ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਪਿਆਜ਼। ਆਪਾਂ ਜ਼ਿਆਦਾ ਨਹੀਂ ਭੁੰਨਣਾ, ਥੋੜ੍ਹਾ ਜਿਹਾ ਹਲਕਾ ਜਿਹਾ ਬਰਾਉਨ ਕਰਨਾ ਆਪਾਂ ਇਹਨਾਂ ਨੂੰ। ਹਾਂਜੀ, ਥੋੜ੍ਹਾ ਜਿਹਾ ਬਸ ਬਰਾਉਨ ਹੋ ਜਾਵੇ ਅਤੇ ਨਾਲੇ ਆਪਾਂ ਨੇ ਪਾ ਲੈਣੀ ਇਹਦੇ ਵਿੱਚ ਸ਼ਿਮਲਾ ਮਿਰਚ, ਕਿਉਂਕਿ ਆਪਾਂ ਇਹਨੂੰ ਵੀ ਸੇਕ ਲਵਾਉਣਾ। ਹਾਂਜੀ, ਆਪਾਂ ਹਲਕਾ ਜਿਹਾ ਜ਼ਿਆਦਾ ਇਹਨੂੰ ਸੇਕ ਲਵਾਉਣਾ, ਭੁੰਨਣਾ ਹੀ ਆ ਬਸ ਥੋੜ੍ਹਾ ਜਿਹਾ ਇਹਨੂੰ, ਹਲਕਾ ਜਿਹਾ ਸੇਕ ਲਵਾਵਾਂਗੇ। ਹਾਂਜੀ, ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ, ਇਹਨੂੰ ਵੀ ਆਪਾਂ ਸੇਕ ਲਵਾ ਲਈਏ। ਹਾਂਜੀ, ਹੁਣ ਆਪਾਂ ਸੇਕ ਲਵਾ ਲਿਆ, ਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਵਗੈਰਾ ਪਾਵਾਂਗੇ। ਅੱਧਾ ਚਮਚ ਪਾਵਾਂਗੇ ਆਪਾਂ ਹਲਦੀ, ਥੋੜ੍ਹੀ ਜਿਹੀ ਪਾਵਾਂਗੇ ਸਵਾਦ ਅਨੁਸਾਰ ਆਪਣੀ ਮਿਰਚ, ਥੋੜ੍ਹਾ ਜਿਹਾ ਪਾਵਾਂਗੇ ਆਪਾਂ ਨਮਕ, ਥੋੜ੍ਹਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ, ਥੋੜ੍ਹਾ ਪਾਵਾਂਗੇ ਆਪਾਂ ਚਣਾ ਮਸਾਲਾ, ਕਿਉਂਕਿ ਇਹਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਚਣਾ ਮਸਾਲੇ ਦਾ। ਥੋੜ੍ਹਾ ਆਪਾਂ ਸੇਕ ਲਵਾ ਲੈਂਦੇ ਹਾਂ ਸਾਰੀ ਚੀਜ਼ ਨੂੰ। ਹਾਂਜੀ, ਆਪਾਂ ਜਿਹੜਾ ਬੇਸਣ ਭੁੰਨਿਆ ਸੀਗਾ ਆਪਾਂ ਥੋੜ੍ਹਾ ਇਹਦੇ ਵਿੱਚ ਪਾਣੀ ਪਾ ਕੇ ਥੋੜ੍ਹਾ ਇਹਨੂੰ ਗਾੜਾ ਜਿਹਾ ਕਰ ਲੈਣਾ, ਜ਼ਿਆਦਾ ਪਤਲਾ ਨਹੀਂ ਕਰਨਾ ਆਪਾਂ ਨੇ। ਹਾਂਜੀ, ਆਪਾਂ ਨੂੰ ਇੱਦਾਂ ਘੋਲ ਲਾਂਗੇ ਵਿੱਚ ਗੱਠਾ ਨਾ ਹੋਣ, ਇੱਦਾਂ ਆਪਾਂ ਘੋਲ ਲਾਂਗੇ। ਥੋੜ੍ਹੀ ਜਿਹੀ ਪਾਵਾਂਗੇ ਇਹਦੇ ਵਿੱਚ ਕਸਤੂਰੀ ਮੇਥੀ, ਕਿਉਂਕਿ ਇਹਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਵਾ। ਹਾਂਜੀ, ਹੁਣ ਆਪਾਂ ਨੇ ਘੋਲ ਲਿਆ ਸਮਾਰ ਕੇ, ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ, ਕਿਉਂਕਿ ਆਪਣਾ ਤੜਕਾ ਵੀ ਚੰਗੀ ਤਰ੍ਹਾਂ ਭੁੱਜ ਗਿਆ ਵਾ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ।
ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਸ਼ੇਅਰ ਜ਼ਰੂਰ ਕਰਿਓ। ਹਾਂਜੀ, ਹੁਣ ਆਪਾਂ ਚੰਗੀ ਤਰ੍ਹਾਂ ਉਹਨੂੰ ਹਿਲਾ ਲੈਣਾ। ਬਹੁਤ ਜੀ ਆਪਣੀ, ਕਿਉਂਕਿ ਆਪਣਾ ਬੇਸਣ ਪਹਿਲਾਂ ਹੀ ਭੁੰਨਿਆ ਹੋਇਆ ਸੀਗਾ, ਇਸ ਕਰਕੇ ਆਪਾਂ ਨੇ ਬੇਸਣ ਵਾਲੀ ਭੁਰਜੀ ਬਣ ਕੇ ਆਪਣੀ ਤਿਆਰ ਆ। ਥੋੜ੍ਹਾ ਜਿਹਾ ਤੁਹਾਨੂੰ ਲੱਗੇ ਥੋੜ੍ਹਾ ਜਿਹਾ ਪਾਣੀ ਤੁਸੀਂ ਵਿੱਚ ਹੋਰ ਪਾ ਸਕਦੇ ਹੋ। ਹਾਂਜੀ, ਆ ਲਓ ਜੀ ਆਪਣੀ ਹੁਣ ਸਬਜ਼ੀ ਬਣ ਕੇ ਤਿਆਰ ਆ। ਆਪਾਂ ਚੰਗੀ ਤਰ੍ਹਾਂ ਇਹਨੂੰ ਹੋ ਰਿਹਾ ਸੇਕ ਲਵਾ ਲਿਆ। ਹੁਣ ਆਪਾਂ ਗੈਸ ਕਰ ਦਾਂਗੇ ਬੰਦ। ਆ ਲਓ ਜੀ, ਐਨ ਵਧੀਆ ਐਨ ਆਪਣੀ ਸੁੱਕੀ ਸੁੱਕੀ ਭੁਰਜੀ ਬਣ ਕੇ ਆਪਣੀ ਬੇਸਣ ਵਾਲੀ ਤਿਆਰ ਹੁੰਦੀ ਆ। ਆ ਲਓ ਜੀ ਆਪਣੀ ਭੁਰਜੀ ਬਣ ਕੇ ਤਿਆਰ ਆ, ਬੇਸਣ ਵਾਲੀ ਬਹੁਤ ਹੀ ਵਧੀਆ ਬਣੀ ਆ, ਐਨ ਖਿਲਰੀ ਖਿਲਰੀ ਜਿਵੇਂ ਕਿ ਆਂਡਿਆਂ ਦੀ ਭੁਰਜੀ ਹੁੰਦੀ ਆ ਏਦਾਂ। ਆ ਲਓ ਜੀ ਕਿੰਨੀ ਵਧੀਆ ਬਣੀ ਆ, ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ।